ਸੋ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣੇ ਦਾ ਸਭ ਤੋਂ ਪੌਸ਼ ਇਲਾਕਾ ਸਿਵਲ ਲਾਈਨ ਇਲਾਕਾ ਜਿੱਥੇ ਕਿ ਕਮਿਸ਼ਨਰ ਦੀ ਕੋਠੀ ਤੋਂ ਕੁਛ ਹੀ ਦੂਰੀ 'ਤੇ, ਜੀ ਹਾਂ 100 ਮੀਟਰ ਦੀ ਦੂਰੀ 'ਤੇ ਹੋਈ ਇਹ ਦੁਕਾਨ ਜਿਹੜੀ ਸਬਜ਼ੀ ਵਾਲੀ ਮੌਜੂਦ ਹੈ, ਜਿੱਥੇ ਕਿ ਚੋਰਾਂ ਵੱਲੋਂ ਲਗਾਤਾਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਇਸ ਇਲਾਕੇ ਦੇ ਵਿੱਚ ਜਿੰਨੀਆਂ ਸਬਜ਼ੀ ਦੀਆਂ ਦੁਕਾਨਾਂ ਨੇ ਉਹਨਾਂ ਦੀ ਸਬਜ਼ੀਆਂ ਦੀ ਦੁਕਾਨਾਂ ਦੇ ਉੱਤੇ ਚੋਰਾਂ ਵੱਲੋਂ ਜਿਹੜਾ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ। ਲੇਕਿਨ ਹੁਣ ਦੇਖਣ ਵਾਲੀ ਗੱਲ ਹੈ ਕਿ ਚੋਰ ਇੰਨੇ ਹੌਸਲੇ ਉਹਦੇ ਬੁਲੰਦ ਹੋ ਚੁੱਕੇ ਨੇ ਕਿ ਛੋਟੀ ਚੋਰੀਆਂ, ਜੀ ਹਾਂ ਛੋਟੀ ਛੋਟੀ ਚੋਰੀਆਂ ਦੇ ਉੱਤੇ ਵੀ ਚੋਰ ਜਿਹੜੇ ਨੇ ਉਹ ਬਾਜ਼ ਨਹੀਂ ਆ ਰਹੇ। ਅਗਰ ਅਕਸਰ ਗੱਲ ਕਰੀਏ ਇੱਥੇ ਨਸ਼ੇੜੀਆਂ ਦਾ ਬੋਲਬਾਲਾ ਵੀ ਬਹੁਤ ਜ਼ਿਆਦਾ ਹੈਗਾ, ਅਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਇਹਨਾਂ ਚੋਰਾਂ ਦੇ ਉੱਤੇ ਠੱਲ ਪੰਜ ਕਦ ਕਾਮਯਾਬ ਹੁੰਦੀ ਹੈ, ਕਿਉਂਕਿ ਲਗਾਤਾਰ ਦੇਖਦੇ ਪਏ ਹਾਂ ਕਿ ਚੋਰਾਂ ਦੇ ਇਹਨਾਂ ਆਤੰਕਾਂ ਤੋਂ ਲਗਾਤਾਰ ਜਿਹੜੇ ਨੇ ਦੁਕਾਨਦਾਰ ਜਿਹੜੇ ਨੇ ਸਬਜ਼ੀ ਵਾਲੇ ਉਹ ਪਰੇਸ਼ਾਨ ਦਿਖਾਈ ਦੇ ਰਹੇ ਨੇ। ਆਪਣੀ ਜੱਗੀ ਵੈਜੀਟੇਬਲ ਸ਼ੋਪ ਨੇੜੇ SSP ਕੋਠੀ, ਇੱਕ ਹਫ਼ਤਾ ਹੋ ਗਿਆ ਰੋਜ਼ ਹੀ ਕੋਈ ਨਾ ਕੋਈ ਸਮਾਨ ਚੱਕ ਕੇ ਲੈ ਜਾਂਦੇ, ਕਦੀ 20 ਕਿਲੋ ਪਿਆਜ਼ ਲੈ ਗਏ, ਕਦੀ ਆਲੂ ਦੀ ਬੋਰੀ ਲੈ ਗਏ, ਕਈ ਮਿਰਚਾਂ ਲੈ ਗਏ, ਲਸਣ ਮਹਿੰਗ ਜਿਹੜੀ ਜਿਹੀ ਮਹਿੰਗੀ ਚੀਜ਼ ਹੈ ਉਹ ਵੀ ਬਾਹਰੋਂ ਚੱਕ ਕੇ ਲੈ ਜਾਂਦੇ ਹੈਗੇ। ਰੋਜ਼ ਸਵੇਰੇ 6 ਵਜੇ 5:30 ਤੋਂ 6 ਵਜੇ ਤੱਕ ਆਉਂਦੇ ਹੈਗੇ, 2 ਬੰਦੇ ਐਕਟਿਵਾ ਦੇ ਹੁੰਦੇ ਹੈਗੇ, ਅਤੇ ਰੋਜ਼ ਚੱਕ ਕੇ ਲੈ, ਸਾਡਾ ਵੀ ਲੈ ਜਾਂਦੇ, ਸਾਹਮਣੇ ਸਬਜ਼ੀ ਵਾਲੇ ਦਾ ਵੀ ਲੈ ਜਾਂਦੇ ਆ, ਡੰਡੀ ਸਵਾਮੀ ਤੋਂ ਅੱਗੇ ਸਬਜ਼ੀ ਦੀ ਦੁਕਾਨ ਉੱਥੋਂ ਵੀ ਲੈ ਗਏ ਪਰਸੋਂ ਨਰਸੋਂ। ਅੱਜ ਸਵੇਰੇ ਬੰਦੇ ਖੜ੍ਹੇ ਕੀਤੇ ਸੀ 5:30 ਵਜੇ, ਸਾਡੇ ਵੱਲ ਨਹੀਂ ਆਏ ਹੈਗੇ, ਉਹ ਸਾਹਮਣੀ ਦੁਕਾਨ ਤੋਂ ਪਿੰਡੀ ਦਾ ਲਫਾਫਾ ਅਤੇ ਕਰੇਲੇ ਲਫਾਫਾ ਚੱਕ ਕੇ ਲੈ ਗਏ। ਲੱਗ ਰਿਹਾ ਕਿ ਚੋਰ ਭੁੱਖਮਰੀ ਇੰਨੀ ਵੱਧ ਗਈ ਕਿ ਲੋਕ ਚੋਰੀਆਂ ਦੇ ਉੱਤੇ ਛੋਟੀ ਛੋਟੀ ਚੋਰੀਆਂ, ਭੁੱਖਮਰੀ ਇੰਨੀ ਵੱਧ ਗਈ, ਨਸ਼ਾ ਇੰਨਾ ਵੱਧ ਗਿਆ, ਨਸ਼ਾ ਕਿਤੇ ਅਗਲੇ ਨੂੰ ਪਤਾ ਨਹੀਂ ਲੱਗਦਾ, ਅਗਲਾ ਜੇ ਮਰਜ਼ੀ ਚਾਹੇ ਮਾਰ ਲਓ ਚਾਹੇ ਕੁੱਟ ਲਓ, ਅਗਲੇ ਨੂੰ ਸਮਾਨ ਚੱਕ ਕੇ ਨਹੀਂ ਜਾਣਾ ਨਹੀਂ ਜਾਣਾ ਹੈਗਾ, ਚਾਹੇ ਕੁਛ ਹੋ ਜਾਏ, ਉਹਨਾਂ ਮਨ 'ਚ ਕੋਈ ਡਰ ਨਹੀਂ, ਕੋਈ ਭੈ ਨਹੀਂ ਹੈ, ਸਾਹਮਣੇ ਕਾਨੇ ਵੱਡੇ ਖਿੜਕਾ ਵੱਢਿਆ, ਸਮਾਨ ਚੱਕਿਆ ਚਲੇ ਗਏ। ਅਤੇ ਕਿੱਦਾਂ ਆਇਆ, ਕਿੱਦਾਂ ਐਂਟਰੀ ਕਿੱਦਾਂ ਕੀਤੀ? ਐਂਟਰੀ ਇੱਦਾਂ ਹੀ ਉੱਪਰ ਚੜ੍ਹ ਗਿਆ, ਉੱਧਰੋਂ ਕਾਨਿਆਂ ਦੇ ਖਿੜਕੇ ਦੇ ਉੱਪਰ ਨੱਠ ਕੇ ਚੜ੍ਹਿਆ ਹੈਗਾ, ਹੁਣ ਅਸੀਂ ਉੱਪਰ ਕੈਮਰਾ ਲਵਾਇਆ ਹੈਗਾ, ਜਦੋਂ ਅੰਦਰ ਵੜਦਾ ਹੈਗਾ ਬੰਦਾ ਉਹ ਟਿਊ ਟਿਊ ਕਰਨ ਲੱਗ ਜਾਂਦਾ ਹੈਗਾ, ਹੁਣ ਉਸ ਤੋਂ ਬਾਅਦ ਆਇਆ ਕੈਮਰਾ ਟਿਊ ਟਿਊ ਚੱਲਣ ਲੱਗ ਗਿਆ, ਨਾਲ ਹੀ ਥੋੜ੍ਹਾ ਜਿਹਾ ਮਿਰਚਾਂ ਚੱਕੀਆਂ ਭੱਜ ਗਿਆ। ਨਸ ਜ਼ਰੂਰੀ ਹੈ ਜੀ, ਜਾਂ ਇੱਕ ਦੁਕਾਨ ਦੋ ਦੁਕਾਨ 4-5 ਦੁਕਾਨਾਂ 'ਚ ਰੋਜ਼ ਚੋਰੀ ਹੋਏਗੀ, ਤਾਂ ਨਾਲੇ SSP ਕੋਠੀ ਦਾ ਬਿਲਕੁਲ ਨਾਲ ਹੈਗਾ। ਸਾਡੀ ਇਹੀ ਮੰਗ ਹੈ ਜੀ, ਬੰਦੇ ਨੂੰ ਫੜਿਆ ਜਾਵੇ, ਅੱਗੋਂ ਤੋਂ ਅਗਲਾ ਇੱਦਾਂ ਦਾ ਕੰਮ ਨਾ ਕਰੇ, ਹੋਰ ਕੀ। ਮੈਂ ਡੰਡੀ ਸਵਾਮੀ ਰੋਡ ਜੀ ਕਮਿਸ਼ਨਰ ਦੀ ਕੋਠੀ ਕੋਲ ਸਬਜ਼ੀ ਲਗਾਉਂਦਾ ਜੀ, ਰੋਜ਼ ਚੋਰ ਆਉਂਦੇ ਹੈਗੇ, ਸਬਜ਼ੀ ਕੱਢ ਕੇ ਲੈ ਕੇ ਚਲੇ ਜਾਂਦੇ ਆ ਜੀ। ਕੀ ਕੀ ਚੋਰੀ ਕਰਕੇ ਲੈ? ਅੱਜ ਭਿੰਡੀ, ਕਰੇਲਾ, ਤੋਰੀ 10-10 ਕਿਲੋ ਚੋਰੀ ਕਰਕੇ ਲੈ, ਲਿਫਾਫੇ ਸਮੇਤ। ਅੱਜ ਤੋਂ 4-5 ਦਿਨ ਪਹਿਲਾਂ 10 ਕਿਲੋ ਲਿਫਾਫੇ ਅਤੇ ਲਸਣ 5 ਕਿਲੋ ਲੈ ਗਏ ਸੀ ਜੀ ਕੱਢ ਕੇ। ਅਤੇ ਲੱਗ ਰਿਹਾ ਕਿ ਹੁਣ ਜਿੱਦਾਂ
ਕਿੰਨੀ ਕੁ ਦੂਰੀ ਹੈ ਕਮਿਸ਼ਨਰ ਦੀ ਕੋਠੀ ਤੋਂ? ਕੀ ਸੇਫਟੀ ਚਾਹੀਦੀ ਤੁਹਾਨੂੰ? 50 ਮੀਟਰ ਦੂਰੀ ਹੈਗੀ ਆ, ਸੇਫਟੀ ਤਾਂ ਸਰ ਚਾਹੀਦੀ ਹੈਗੀ, ਮਤਲਬ ਕਿ ਕੋਈ ਪੁਲਿਸ ਦਾ ਗੇੜਾ ਗੂੜਾ ਰੱਖ ਲੱਗੇ, ਕਿਉਂਕਿ ਉਹਨਾਂ ਕੋਲ ਵੀ ਕੋਈ ਹਥਿਆਰ ਥੁਰ ਹੁੰਦਾ ਹੀ ਹੋਣਾ, ਰੋਜ਼ ਉਹਨਾਂ ਦੇ ਇਹੀ ਕੰਮ ਕਰ ਰਹੇ ਆ। ਕਿੰਨਾ ਕੁ ਹੁਣ ਤੱਕ ਨੁਕਸਾਨ ਹੋ ਚੁੱਕਾ ਤੁਹਾਡਾ? 8-10 ਹਜ਼ਾਰ ਦਾ ਹੋ ਚੁੱਕਾ, 3-4 ਵਾਰੀ 'ਚ ਮਿਲਾ ਕੇ ਜੀ। ਲੱਗ ਰਿਹਾ ਕਿ ਹੋਰ ਵੀ ਹੋ ਸਕਦਾ? ਹਾਂ, ਹੋ ਵੀ ਸਕਦਾ ਜੀ, ਕੋਈ ਉਹਨਾਂ ਦਾ ਪਤਾ ਹੈਗਾ ਜੀ। ਕੀ ਮੰਗ ਕਰਦੇ ਹੋ? ਮੰਗ ਇਹੀ ਕਰਦੇ ਹਾਂ ਕਿ ਮਤਲਬ ਪ੍ਰੋਟੈਕਸ਼ਨ ਮਿਲੇ, ਹੋਰ ਕੀ ਮੰਗ ਕਰਦੇ ਹਾਂ। Vertreib den Kummer und den Hass. Weil keiner spricht, tauchen ab, sehen nix, denn der Nebel zu dicht. Morgen ist jetzt scheißegal, wir geben komplett Gas. Ja, hol doch die Bullen, wenn es dir.